सेकेंड होता है राउंड ऑफ हंड्रेड थर्ड होता है राउंड ऑफ थाउजेंड अब हमने देखना है हमारे पास क्या है सेवन थर्टी कैसे सॉल्व करेंगे सेवन थर्टी प्लस नाइन नाइन एट राउंड ऑफ राउंड ऑफ टू हंड्रेड फर्स्ट हमारे पास क्या है सेवन थर्टी सेवन थर्टी नो राउंड ऑफ करना हंड्रेड दी जीरो वंस दी 3 tens ਤੇ 7 ਕਿਹਦੀ پلیਸ 100 ਤੇ ਹੁਣ ਜਦੋਂ 100 ਨੂੰ ਰਾਉਂਡ ਆਫ ਕਰਿਆ ਹੋਵੇ 100 ਕਰਨਾ ਅਸੀਂ tens ਵਾਲੀ پلیਸ ਵੇਖਣੀ tens ਵਾਲੇ ਸਾਡਾ ਕੀ ਆ 3 ਜੇ ਤੇ 5 ਤੋਂ ਵੱਡੀ ਟਰਮ ਹੋਵੇ ਤੇ ਅਸੀਂ ਰਾਉਂਡ ਆਫ ਕਰਦੇ ਹਾਂ ਹੁਣ 5 ਤੋਂ ਕੀ ਆ ਛੋਟੀ ਟਰਮ ਫਿਰ ਸਾਡਾ ਕਿੰਨਾ ਆਏਗਾ 700 ਹੁਣ 3 ਕੇ ਇਸੇ 5 ਤੋਂ ਛੋਟੀ ਟਰਮ ਇਟ ਮੀਨਸ ਇੱਥੇ ਕੀ ਆ ਗਿਆ ਜ਼ੀਰੋ ਨੈਕਸਟ ਸਾਡੇ ਕੋਲ ਸੀ +998 ਵਾਂਸ ਟੈਨਸ ਰਾਉਂਡ ਆਫ ਕਰਨਾ 100 ਨੂੰ ਹੁਣ 10 10 9 ਸਾਡਾ ਟੈਨਸ ਦੀ ਜਦੋਂ 100 ਤੇ ਰਾਉਂਡ ਆਫ ਕਰਨਾ ਹੋਵੇ ਸੀ ਟੈਨਸ ਵਾਲਾ ਡਿਜੀਟ ਦੇਖਦੇ ਆ 9 ਹੁਣ ਇਹ 5 ਨਾਲੋਂ ਵੱਡਾ ਡਿਜੀਟ ਆ ਇਟ ਮੀਨਸ ਇਹ ਨੈਕਸਟ ਨੂੰ ਕੀ ਆ 1 ਰਾਉਂਡ ਆਫ ਕਰੇਗਾ ਨੈਕਸਟ ਕੋਲ ਕਿੰਨੇ ਹੋ ਗਏ ਜਿਹੜੇ ਜਦੋਂ ਰਾਉਂਡ ਆਫ ਕੀਤਾ ਇੱਕ ਤੇ ਵਾਂਸ ਸਾਡੇ ਕੋਲ ਕੀ ਆ ਗਿਆ ਕਿ ਜ਼ੀਰੋ ਟੈਂਸ ਨੇ ਜਦੋਂ ਇੱਕ ਕੈਰੀ ਦਿੱਤਾ ਉਹ ਵੀ ਕੀ ਹੋ ਗਿਆ ਜ਼ੀਰੋ ਹੁਣ 9 ਵਿੱਚ 1 ਪਲੱਸ ਕੀਤੇ ਕਿੰਨੇ ਆ ਗਏ 10 ਹੁਣ ਇਹ ਵਾਲਾ ਟਰਮ ਡਿਜੀਟ ਸਾਡੇ ਕੋਲ ਕੀ ਆ ਰਾਉਂਡ ਆਫ ਹੋ ਗਿਆ ਹੁਣ ਅਸੀਂ ਇਹਨਾਂ ਦੋਨਾਂ ਨੂੰ ਕੀ ਕਰਨਾ ਪਲੱਸ ਕਰਨਾ ਤੇ ਸਾਡੇ ਕੋਲੋਂ ਕਿੰਨਾ ਆਇਆ वन थाउजेंड सैवन हंड्रड साडे को आया एसटीमेटिड एसटीमेटिड सम आया सा वन थाउजेंड सैवन हंड्रड सैकेंड समा टू एट कॉमा टू नाइन टू माइनस टू वन कॉमा फोर नाइन सिक्स ਹੁਣ ਪਹਿਲੇ ਵਿੱਚ ਅਸੀਂ ਕੀ ਕੀਤਾ ਸੀ ਐਡੀਸ਼ਨ ਕੀਤੀ ਸੀ ਇਹਦੇ ਵਿੱਚ ਸਾਨੂੰ ਕੀ ਦਿੱਤਾ ਵਾ ਸਬਟ੍ਰੈਕਸ਼ਨ ਕਰਨਾ ਐਸਟੀਮੇਟ ਸੇਮ ਸਮ ਫਸ ਸਮ ਵਾਂਗ ਸਿਰਫ ਪਹਿਲੇ ਵਿੱਚ ਅਸੀਂ ਕੀ ਕੀਤਾ ਸੀ ਰਾਉਂਡ ਆਫ ਕੀਤਾ ਸੀ 100 ਦੇ ਹੁਣ ਸਾਨੂੰ ਕਿੰਨਾ ਵਾਂਸ ਟੈਂਸ 100000 ਦਾ ਹੁਣ ਅਸੀਂ ਰਾਉਂਡ ਆਫ ਕਰਨਾ 1000 ਦੇ ਸੋਲਵ ਕਰਾਂਗੇ ਰਾਉਂਡ ਆਫ ਟੂ 1000 ਸਟਾਰ 28229 ਹੁਣ 1000 ਨੂੰ ਰੌਂਡ ਆਫ ਕਰਨਾ ਪਹਿਲਾ 1ਸੈਕਿੰਡ ਡਿਜੀਟ ਹੁੰਦਾ ਟੈਂਸ ਨੈਕਸਟ ਡਿਜੀਟ ਕੀ ਆ 100 ਜਦੋਂ ਅਸੀਂ 1000 ਨੂੰ ਰੌਂਡ ਆਫ ਟਰਮ ਕਈ ਹੋਵੇ ਰਾਉਂਡ ਆਫ 1000 ਦੀ ਅਸੀਂ ਕਿਹੜੀ ਪਲੇਸ ਵੈਲਿਊ ਦੇਖਦੇ ਆ 100 ਦੀ ਹੁਣ 100 ਦੀ ਪਲੇਸ ਵੈਲਿਊ ਸਾਡੇ ਕੋਲ ਕਿੰਨੀ ਆ 2 2 5 ਨਾਲੋਂ ਛੋਟਾ ਵਾ ਰਾਉਂਡ ਆਫ ਉਸ ਸਮ ਉਦੋਂ ਹੁੰਦਾ ਵਾ ਜਦੋਂ ਸਾਡੇ ਕੋਲੋਂ ਪਲੇਸ ਵੈਲਿਊ 2 ਨਾ ਹੋਵੇ 5 ਤੋਂ ਛੋਟੀ ਨਾ ਹੋਵੇ 5 ਹੋਵੇ ਜਾਂ 5 ਤੋਂ ਵੱਡੀ ਹੋਵੇ ਫਿਰ ਜਿਹੜਾ ਵਾ ਪਲੇਸ ਵੈਲਿਊ ਰਾਉਂਡ ਆਫ ਕਰਦੀ ਹੁਣ ਸਾਡੇ ਕੋਲ ਕੀ ਆ 2 2 ਸਾਡੇ ਕੋਲੋ ਛੋਟੀ ਟਰਮ ਆ ਇੰਨੇ ਰਾਉਂਡ ਆਫ ਨਹੀਂ ਹੋਣਾ ਫਿਰ ਲਾਸਟ ਵਾਲੇ 3 ਡਿਜੀਟ ਸਾਡੇ ਕੋਲ ਕੀ ਆ ਜਾਣੇ ਆ ਜਿੱਥੋਂ ਤੱਕ ਅਸੀਂ ਪਲੇਸ ਵੈਲਿਊ ਚਾਹੀਦੀ ਸੀ 3 ਜ਼ੀਰੋ ਆ ਤੇ ਆ ਗਿਆ 28000 ਰਾਉਂਡ ਆਫ ਹੋ ਕੇ ਕਿੰਨਾ ਆਇਆ 28000 ਕਿਉਂਕਿ ਅਸੀਂ ਰਾਉਂਡ ਆਫ ਕਰਨਾ ਸੀ 1000 ਨੂੰ 1s 100 ਤੇ 100 ਜਦੋਂ 1000 ਨੂੰ ਰਾਉਂਡ ਆਫ ਕਰਨਾ ਹੈ ਸਾਨੂੰ ਪਲੇਸ ਵੈਲਿਊ ਚਾਹੀਦੀ ਆ 100 ਦੀ 100 ਦੀ ਵੈਲਿਊ 2 ਆ 2 5 ਨਾਲੋਂ ਛੋਟਾ ਵਾ ਰਾਉਂਡ ਆਫ ਉਦੋਂ ਹੁੰਦਾ ਜਦੋਂ ਸਾਡੇ ਕੋਲ 5 ਤੋਂ ਵੱਡਾ ਡਿਜੀਟ ਹੋਵੇ ਜਾਂ 5 ਡਿਜੀਟ ਹੋਵੇ ਫੇਰ ਹੀ ਉਹ ਨੈਕਸਟ ਨੂੰ ਕੀ ਆ ਇੱਕ ਡਿਜੀਟ ਕੈਰੀ ਹੁੰਦਾ ਵਾ ਤੇ ਫਿਰ ਸਾਡਾ ਸਮ ਕੀ ਆ ਰਾਉਂਡ ਆਫ ਹੁੰਦਾ ਵਾ ਹੁਣ ਜਦੋਂ ਸਾਨੂੰ 1000 ਤੱਕ ਚਾਹੀਦਾ ਸੀ ਹੁਣ ਪਿਛਲੇ ਵਾਲੇ 3 ਡਿਜ਼ਰਟ ਸਾਈਡੇ ਕੋਲ ਕੀ ਆ ਜਾਣੇ ਆ 0 ਆ ਜਾਣੇ ਆ ਤੇ 28000 ਆਇਆ ਰਾਉਂਡ ਆਫ ਸੈਕੰਡਾ 21496 ਹੁਣ ਇਹਦੇ ਨਾਲ ਮਾਈਨਸ ਅਧ ਲੱਗਾ ਕਿ ਸੈਕੰਡ ਵੈਲਿਊ ਸਾਨੂੰ ਕੀ ਸੀ ਕਿ ਇਨ੍ਹਾਂ ਦੋਨਾਂ ਵਿੱਚ ਕੀ ਕਰਨਾ ਮਾਈਨਸ ਕਰਨਾ ਹੁਣ ਸੇਮ ਰਾਉਂਡ ਆਫ 1000 ਤੱਕ ਕਰਨਾ 1s 10s 100 ਜਦੋਂ ਸਾਨੂੰ ਰਾਉਂਡ ਆਫ 1000 ਕਿਹਾ ਹੋਵੇ ਅਸੀਂ ਕਿਹਦੀ ਪਲੇਸ ਵੈਲਿਊ ਨੂੰ ਚੈੱਕ ਕਰਨਾ 100 ਦੀ ਪਲੇਸ ਵੈਲਿਊ ਹੁਣ 100 ਦੀ ਪਲੇਸ ਵੈਲਿਊ ਕਿੰਨੀ ਆ 4 ਜੇ ਤੇ ਵੈਲਿਊ ਪਲੇਸ ਵੈਲਿਊ ਸਾਡੇ ਕੋਲ 5 ਜਾਂ 5 ਤੋਂ ਵੱਡੀ ਹੋਵੇ ਫਿਰ ਕੀ ਹੁੰਦਾ ਵਾ ਰਾਉਂਡ ਆਫ ਹੁੰਦਾ ਹੁਣ ਪਿੱਛੇ ਵਾਲੇ ਤਿੰਨ ਡਿਜੀਟ 100 ਤੱਕ ਆ ਜਾਣੇ ਆ ਜ਼ੀਰੋ ਦੇ ਅੱਗੇ ਆ ਗਿਆ 21 21000 ਹੁਣ ਇਹਨਾਂ ਦੋਨਾਂ ਨੂੰ ਅਸੀਂ ਕੀ ਕਰਨਾ ਮਾਈਨਸ ਕਰਨਾ 8 ਚੋਂ 1 ਮਾਈਨਸ ਕੀਤਾ 7 0 ਚੋਂ ਮਾਈਨਸ ਕੀਤੀ 0 ਕਿੰਨਾ ਆ ਗਿਆ ਸਾਡੇ ਕੋਲ 7000 ਐਸਟੀਮੇਟਡ ਡਿਫਰੈਂਸ ਕਿੰਨਾ ਆ ਗਿਆ 7000 ਬੇਟਾ ਜਦੋਂ ਰਾਉਂਡ ਆਫ کیا ਹੋਵੇ 1000 ਤੱਕ ਕਰਨਾ ਤੇ ਅਸੀਂ ਪਲੇਸ ਵੈਲਿਊ 100 ਦੀ ਪਲੇਸ ਵੈਲਿਊ ਨੂੰ ਦੇਖਦੇ ਆ 100 ਦੀ ਪਲੇਸ ਵੈਲਿਊ ਜੇ ਤੇ ਸਾਡੇ ਕੋਲ 5 ਹੋਵੇ ਨੰਬਰ ਜਾਂ 5 ਤੋਂ ਵੱਡਾ ਹੋਏ ਫਿਰ ਉਹਨੇ ਕੀ ਕਰਨਾ ਹੁੰਦਾ ਵਾ ਇੱਕ ਡਿਜੀਟ ਅੱਗੇ ਲੈ ਨੂੰ ਕੈਰੀ ਦੇ ਦਿੰਦਾ ਵਾ ਹੁਣ ਇੱਥੇ ਵੈਲਿਊ 2 ਸੀ ਤੇ ਇੰਨੇ ਪਿੱਛੇ ਵਾਲੇ ਤਿੰਨ ਡਿਜੀਟ ਕੀ ਹੋਗੇ ਜ਼ੀਰੋ ਹੋਗੇ ਸੈਕੰਡ ਸਮ ਆ ਗਿਵ ਅ ਰਫ ਐਸਟੀਮੇਟ ਬਾਏ ਰਾਉਂਡਿੰਗ ਆਫ ਟੂ ਨੀਅਰੈਸਟ 100 ਐਂਡ ਅ ਕਲੋਜ਼ਰ ਐਸਟੀਮੇਟ ਬਾਏ ਰਾਉਂਡਿੰਗ ਆਫ ਟੂ ਨੀਅਰੈਸਟ 10 ਇੱਕ ਆਪਾਂ ਰਫ ਐਸਟੀਮੇਟ ਲੈਣਾ ਕਿ ਰਾਉਂਡਿੰਗ ਕਰਨੀ ਹੈ ਨੀਅਰੈਸਟ 100 ਦੇ ਸੈਕੰਡ ਰਾਉਂਡਿੰਗ ਆਫ ਕਰਨਾ ਵਾ ਨੀਅਰੈਸਟ 10 ਦੇ ਹੁਣ ਸਾਡੇ ਕੋਲ ਫਸਟ ਸਮ ਆ 439 प्लस 334 4317 ਇੱਕ ਵਾਰੀ ਇਸ ਸਮ ਨੂੰ ਅਸੀਂ ਰਾਉਂਡਿੰਗ ਆਫ ਨੀਅਰੈਸਟ 100 ਦੀ ਕਰਨਾ ਇੱਕ ਵਾਰੀ ਇਸ ਸਮ ਨੂੰ ਰਾਉਂਡਿੰਗ ਆਫ ਨੀਅਰੈਸਟ 10 ਦੇ ਕਰਨਾ ਸਟੇਟਮੈਂਟ ਸੇਮ ਰਹਿਣੀ ਪਹਿਲੇ ਸੀ ਕਰਨਾ ਰਾਉਂਡਿੰਗ ਆਫ 2 100 ਦੇ ਫਸਟ ਸਾਡਾ ਕਿੰਨਾ 4 3 9 ਹੁਣ ਜਦੋਂ ਰਾਉਂਡਿੰਗ ਆਫ ਅਸੀਂ 100 ਕਰਨਾ ਪਹਿਲਾ ਸਾਡੇ ਕੋਲ ਕੀ ਹੁੰਦਾ ਵਨਸ ਸੈਕਿੰਡ ਹੁੰਦੀ ਟens ਜਦੋਂ ਰਾਉਂਡ ਆਫ ਕਰਨਾ ਸੀ 100 ਦੇ ਅਸੀਂ 10 ਵਾਲੀ ਪਲੇਸ ਵੈਲਿਊ ਦੇਖਣੀ 10 ਵਾਲੀ ਪਲੇਸ ਵੈਲਿਊ ਸਾਡੀ ਕੀ ਹੈ 3 5 ਨਾਲੋਂ ਛੋਟਾ ਡਿਜੀਟ ਆ ਹੁਣ ਅਸੀਂ ਕੀ ਕਰਨਾ ਵਨਸ ਤੇ ਟੈਂਸ ਸਾਡੇ ਕੋਲ ਕੀ ਹੋ ਜਾਣਾ ਜ਼ੀਰੋ ਸਾਡੇ ਕੋਲ ਕਿੰਨਾ ਆ ਗਿਆ 400 ਕਿਉਂਕਿ 3 ਜਿਹੜਾ 5 ਨਾਲੋਂ ਛੋਟਾ ਸੀ ਜੇ 5 ਨਾਲੋਂ ਵੱਡੀ ਟਰਮ ਹੁੰਦੀ ਜੇ 5 ਹੁੰਦਾ ਤੇ ਫਿਰ ਉਹਨੇ 1 ਅੱਗੇ ਕੈਰੀ ਦੇ ਦੇਣਾ ਸੀ 4 ਨੂੰ ਹੁਣ 3 ਕੀ ਆ ਛੋਟਾ ਡਿਜੀਟ ਆ ਹੁਣ ਵਨਸ ਤੇ ਟੈਂਸ ਸਾਡੇ ਕੋਲ ਕੀ ਆ ਗਿਆ ਪਲੇਸ ਵੈਲਿਊ ਦੋਨਾਂ ਦੀ ਆ ਗਈ ਜ਼ੀਰੋ ਕਿੰਨਾ ਆ ਗਿਆ ਐਸਟੀਮੇਟ ਕਰਕੇ ਰਾਉਂਡ ਆਫ 200 ਜਦੋਂ ਕੀਤਾ ਸਾਡੇ ਕੋਲ ਕਿੰਨਾ ਆ ਗਿਆ 400 ਸੈਕਿੰਡ ਆ 3 3 4 ਸੇਮ 4 ਵਨਸ ਤੇ ਆ 3 ਟੈਂਸ ਤੇ ਆ ਹੁਣ ਫੇਰ 100 ਆ ਕਰਨਾ ਰਾਉਂਡ ਆਫ ਅਹੀਂ ਟੈਂਸ ਵਾਲੀ ਪਲੇਸ ਵੈਲਿਊ ਚੈੱਕ ਕਰਨੀ ਟੈਂਸ ਵਾਲੀ ਪਲੇਸ ਵੈਲਿਊ ਸਾਡੇ ਕੋਲ ਕੀ ਆ 3 ਆ 5 ਨਾਲੋਂ ਛੋਟਾ ਡਿਜੀਟ ਆ ਹੁਣ ਵਨਸ ਤੇ ਟੈਂਸ ਕੀ ਹੋ ਜਾਣਾ ਜ਼ੀਰੋ ਹੋ ਗਿਆ ਤੇ ਸਾਡੇ ਕੋਲ ਕਿੰਨਾ ਆ ਗਿਆ 3 100 4 ਸਾਡੇ ਕੋਲ ਕਿੰਨੀ ਆ 4317 ਵਨਸ ਟens ਹੁਣ 100 ਦੀ ਵੇਖਣੀ ਰਾਉਂਡ ਆਫ ਤੇ ਆਪਾਂ ਟens ਵਾਲੀ ਪਲੇਸ ਵੈਲਿਊ ਲੈਣੀ ਟens ਵਾਲੀ ਪਲੇਸ ਵੈਲਿਊ ਸਾਡੇ ਕੋਲ ਕੀ ਆ 1 1 5 ਨਾਲੋਂ ਛੋਟਾ ਵਾ ਇਟ ਮੀਨਸ ਵਨਸ ਤੇ ਟੈਨ ਸਾਡੇ ਕੋਲ ਕੀ ਆ ਗਿਆ 0 ਸਾਡੇ ਕੋਲ ਆ ਗਿਆ 43 फोर्टी थ्री थाउजेंड हम अ करना सूर्या सम इन्होंने तिना जीरो प्लस की जीरो प्लस किता जीरो फोर थ्री प्लस, प्लस फोर च थ्री प्लस कि सैवन सैवन थ्री प्लस कि सैवन ची प्लस कि टेन ਇੱਕ ਕੈਰੀ ਚਲੇ ਗਿਆ ਕਿੰਨਾ ਆ ਗਿਆ 4 ਵਿੱਚ 1 ਪਲੱਸ ਕੀਤਾ 5 ਕਿੰਨਾ ਆ ਗਿਆ ਸਾਡੇ ਕੋਲ 5000 ਐਸਟੀਮੇਟਡ ਸਮ ਸਾਡੇ ਕੋਲ ਕਿੰਨਾ ਆਇਆ ਐਸਟੀਮੇਟਡ ਸਮ ਸਾਡੇ ਕੋਲ ਆ ਗਿਆ 5000 ਇੱਕ ਵਾਰੀ ਅਸੀਂ ਪਿੱਛੇ ਪਹਿਲੇ ਸਮ ਕੀਤਾ ਸੀ ਸੇਮ ਸਟੇਟਮੈਂਟ ਨੂੰ ਰੌਂਡ ਆਫ 100 ਦੇ ਨਾਲ ਹੁਣ ਅਸੀਂ ਕਰਨਾ ਵਾ ਰੌਂਡ ਆਫ 10 ਦੇ ਨਾਲ ਕੈਸੇ ਸਾਲਵ ਕਰਾਂਗੇ ਰਾਉਂਡ ਆਫ ਟੂ ਨੀਅਰੈਸਟ ਟੈਂਜ਼ ਫਰਸਟ ਕਿੰਨਾ 4 3 9 ਵਨ ਜਦੋਂ ਹੀ ਨੀਅਰੈਸਟ ਟੈਂਜ਼ ਕਰਨਾ ਹੁੰਦਾ ਸੀ ਵਨ ਵਾਲੀ ਪਲੇਸ ਵੈਲਿਊ ਦੇਖਦੇ ਹੁਣ ਵਨ ਵਾਲੀ ਪਲੇਸ ਵੈਲਿਊ ਸਾਡੇ ਕੋਲ ਕਿੰਨੀ ਆ 9 5 ਤੋਂ ਵੱਡਾ ਵਾ 9 ਹੁਣ ਕੀ ਕਰੇਗਾ 9 ਨੇ ਇੱਕ ਕੈਰੀ ਦੇ ਦੇਣਾ 3 ਨੂੰ ਸਾਡੇ ਕੋਲ ਕਿੰਨਾ ਆ ਗਿਆ 4 4 0 ਜੇ ਤੇ ਪਲੇਸ ਵੈਲਿਊ ਟੈਂਸ ਵਿੱਚ ਅਸੀਂ ਵਾਂਸ ਦੀ ਪਲੇਸ ਵੈਲਿਊ ਦੇਖਣੀ ਆ ਵਾਂਸ ਦੀ ਪਲੇਸ ਵੈਲਿਊ ਸਾਡੇ ਕੋਲ ਕੀ ਆ 9 9 ਹੁਣ 5 ਨਾਲੋਂ ਵੱਡਾ ਵਾ ਤੇ ਰਾਉਂਡ ਆਫ ਜਦੋਂ 5 ਤੋਂ ਵੱਡਾ ਡਿਜੀਟ ਹੋਵੇ ਫਿਰ ਉਹ ਕੀ ਆ ਰਾਉਂਡ ਆਫ ਕਰਦਾ ਹੁਣ 9 ਨੇ ਇੱਕ 1 राउंड ऑफ ਕੀਤਾ 3 ਨੂੰ 3 ਵਿੱਚ 1 ਪਲੱਸ ਕੀਤਾ 4 ਜਿਹੜੀ ਵਾਂਸ ਦੀ ਵੈਲਿਊ ਆ ਉਹਨੇ ਕੀ ਆ ਜਾਣਾ 0 ਹੁਣ ਸੈਂਕਡ ਕਿੰਨਾ 334 334 ਹੁਣ ਨੀਅਰਸਟ ਟੈਂਸ ਆ ਇਟ ਮੀਨਸ ਅਹੀਂ ਵਾਂਸ ਦੀ ਵੈਲਿਊ ਚੈੱਕ ਕਰਨੀ ਵਾਂਸ ਦੀ ਵੈਲਿਊ 4 ਆ 4 ਔਰ 5 ਨਾਲੋਂ ਛੋਟਾ ਵਾ ਤੇ ਇਹ ਰਾਉਂਡ ਆਫ ਨਹੀਂ ਹੋਏਗਾ ਹੁਣ ਵਾਂਸ ਦੀ ਜਗ੍ਹਾ ਹੀ ਕੀ ਲਿਖਾਂਗੇ 0 3 3 कि आ थ्री हंडर्ड थर्टी अगला कि फोर थााउजेंड थ्री हंडर्ड सैवनटीन हूँ टेन्स तक नीयरैसट करना इट मीनज़ अही वन वाली प्लेस वैल्यू वेखा वनस वाली प्लेस वैल्यू सैवन आ इट मीनज़ ये फाइव ना वडा वा ते की करना वन राउंड ऑफ कर देना नैक्सट नवें लिखा फोर थ्री टू जीरो ਸਾਡੇ ਕੋਲ ਆ ਗਿਆ 4320 ਜਿਹੜਾ ਡਿਜੀਟ ਜਦੋਂ ਰਾਉਂਡ ਆਫ ਕਰ ਦਿੰਦਾ ਵਾ ਉਹਦੇ ਅਸੀਂ ਉਹਨੂੰ ਕੀ ਲਿਖਦੇ ਆ ਸੋਲਵ ਕਰਕੇ 0 ਹੁਣ 7 ਨੇ 1 ਨੂੰ ਇੱਕ ਕੈਰੀ ਦਿੱਤਾ ਤੇ ਉਹਦੇ ਕੋਲ ਕਿੰਨਾ ਆ ਗਿਆ 1 ਵਿੱਚ 1 ਪਲੱਸ ਕੀਤਾ 2 ਹੁਣ ਅਸੀਂ ਕੀ ਕਰਨਾ ਇਹਨਾਂ ਨੂੰ ਪਲੱਸ ਕਰਨੀ 0 ਚ 0 ਪਲੱਸ ਕੀਤੀ 0 4 ਚ 3 ਪਲੱਸ ਕੀਤੇ फोर थ्री प्लस सैवन सैवन टू प्लस नाइन फोर थ्री प्लस सैवन सैवन थ्री प्लस टेन फोर वन प्लस कि फाइव फाइव थाउजेंड नाइनटी एस्टीमेटेड सम कि आया एसटीमेटिड सम आया फाइव थाउजेंड नाइनटी ਹੁਣ ਅਸੀਂ ਰਾਉਂਡ ਆਫ ਸਾਨੂੰ ਪਹਿਲੇ ਸੈਕਿੰਡ ਸਮ ਚ ਕਿਹਾ ਸੀ ਕਿ ਅਸੀਂ ਰਾਉਂਡ ਆਫ ਕਰਨਾ 100 ਦੇ ਉਹ ਵਾਲਾ ਇੱਕ ਪਾਰਟ ਕਰ ਲਿਆ ਸੈਕਿੰਡ ਪਾਰਟ ਕੀਤਾ ਰਾਉਂਡ ਆਫ ਨੀਅਰੈਸਟ ਟੂ 10 ਹੁਣ ਦੋਨੋਂ ਅਸੀਂ ਸੋਲਵ ਕਰ ਲੇ ਹੁਣ ਸਾਨੂੰ ਜਿੰਨੀ ਸਮ ਦੀ ਵੈਲਿਊ ਸੀ ਨਾ ਐਕਚੁਅਲ ਵੈਲਿਊ ਨੂੰ ਅਸੀਂ ਕੀ ਕਰਨਾ ਪਲੱਸ ਕਰਨਾ ਨਾਓ ਐਕਚੁਅਲ ਵੈਨ ਕਿੰਨੀ ਆ 4 3 9 3 3 4 ਅਗਲੀ ਕਿੰਨੀ ਆ 4317 ਇਹਨਾਂ ਤਿੰਨਾਂ ਵੈਲਿਊਜ਼ ਨੂੰ ਕੀ ਕਰਨਾ ਪਲੱਸ ਕਰਨਾ 9 ਵਿੱਚ 4 ਪਲੱਸ ਕੀਤੇ 13 13 7 ਪਲੱਸ ਕੀਤੇ 20 2 ਕੈਰੀ 3 ਵਿੱਚ 3 ਪਲੱਸ ਕੀਤੇ 6 3 ਵਿੱਚ 1 ਪਲੱਸ ਕੀਤਾ 7 7 ਵਿੱਚ 2 ਪਲੱਸ ਕੀਤੇ 9 4 3 ਪਲੱਸ ਕਿਤੇ 7 7 ਵਿੱਚ 3 ਪਲੱਸ ਕੀਤੇ 10 1 ਕੈਰੀ 4 ਚ 1 ਪਲੱਸ ਕੀਤਾ 5 ਐਕਚੁਅਲ ਸਮ ਸਾਡੇ ਕੋਲ ਕਿੰਨਾ ਆਇਆ ਐਕਚੁਅਲ ਸਮ ਆਇਆ 5090 ਐਕਚੁਅਲ ਸਮ ਇਜ਼ 5090 3rd ਸਮ ਐਸਟੀਮੇਟ ਦੀ ਫੋਲੋਇੰਗ ਪ੍ਰੋਡਕਟ ਫਸਟ ਪਾਰਟ ਆਫ 578 ਮਲਟੀਪਲਾਈ 161 ਹੁਣ ਅਸੀਂ ਫੋਲਵਿੰਗ ਪ੍ਰੋਡਕਟ ਨੂੰ ਕੀ ਕਰਨਾ ਐਸਟੀਮੇਟ ਕਰਕੇ ਜਦੋਂ ਅਸੀਂ ਇਹਨੂੰ ਰਾਉਂਡ ਆਫ ਕਰਾਂਗੇ ਤੇ ਇਹਨਾਂ ਦਾ ਕੀ ਕਰ ਦੇਣਾ ਮਲਟੀਪਲਾਈ ਕਰਨਾ ਪ੍ਰੋਡਕਟ ਦਾ ਮਤਲਬ ਹੁੰਦਾ ਮਲਟੀਪਲਾਈ ਹੁਣ ਦੇਖੋ 578 ਵਿੱਚ ਮਲਟੀਪਲਾਈ ਦਾ ਸਾਈਨ ਪ੍ਰੋਡਕਟ ਮਲਟੀਪਲਾਈ ਦਾ ਸਾਈਨ ਨੂੰ ਬੋਲਦੇ ਨੇ ਹੁਣ ਸਾਨੂੰ ਵਿੱਚ ਸਾਡੇ ਕੋਲ 3 3 ਡਿਜੀਟ ਆ ਹੁਣ ਇਹਨੂੰ ਕਿਵੇਂ ਸੋਲਵ ਕਰਾਂਗੇ 578 ਇਹਨੂੰ ਰਾਉਂਡ ਆਫ ਕਰਾਂਗੇ રાઉન્ડ ઓફ ટુ 100 100 ਜਦੋਂ ਅਸੀਂ ਰਾਉਂਡ ਆਫ 100 ਦੇ ਕਰਦੇ ਆਂ ਤੇ ਅਸੀਂ ਕਿਹੜੇ ਵਾਲੇ ਡਿਜੀਟ ਨੂੰ ਦੇਖਦੇ ਆਂ ਫਰਸਟ ਵਾਲੇ ਨੂੰ ਕਿੰਨੇ ਆ ਵਨਸ ਅਗਲੇ ਵਾਲੇ ਨੂੰ ਟens ਅਹੀਂ ਜਦੋਂ ਰਾਉਂਡ ਆਫ 100 ਦੇ ਕਰਦੇ ਆਂ ਅਸੀਂ ਟens ਵਾਲਾ ਡਿਜੀਟ ਦੇਖਦੇ ਹੁਣ ਟens ਵਾਲਾ ਡਿਜੀਟ ਸਾਡਾ ਕੀ ਹੈ 7 7 ਹੁਣ 5 ਨਾਲੋਂ ਵੱਡਾ ਵਾ ਇਟ ਮੀਨਸ ਇਹ 1 ਅਗਲੇ ਨੂੰ ਕੀ ਕਰੇਗਾ 1 ਕੈਰੀ ਕਰੇਗਾ ਹੁਣ ਸਾਡੇ ਕੋਲ ਵਨਸ ਤੇ ਟੈਂਸ ਕੀ ਆ ਗਿਆ ਜ਼ੀਰੋ 5 ਚ 1 ਪਲੱਸ ਕੀਤਾ ਤੇ ਕਿੰਨਾ ਆ ਗਿਆ 6 ਹੁਣ ਰਾਉਂਡ ਆਫ ਹੋ ਗਿਆ ਸੈਕਿੰਡ ਸਾਡੇ ਕੋਲ ਆ 161 ਸੇਮ ਇਨੇ ਵੀ ਰਾਉਂਡ ਆਫ ਕਰਨਾ ਰਾਉਂਡ ਆਫ ਟੂ 100 ਜਦੋਂ 100 ਨੂੰ ਰਾਉਂਡ ਆਫ ਕਰਨਾ ਤੇ ਆਪਾਂ ਟੈਂਸ ਵਾਲੀ ਪਲੇਸ ਵੈਲਿਊ ਨੂੰ ਚੈੱਕ ਕਰਨਾ 10 ਵਾਲੀ ਪਲੇਸ ਵੈਲਿਊ ਹੁਣ 10ਸ ਵਾਲੀ ਪਲੇਸ ਵੈਲਿਊ ਸਾਡੀ ਕਿੰਨੀ ਆ 6 ਆ 10ਸ ਵਾਲੀ ਪਲੇਸ ਵੈਲਿਊ ਸਾਡੇ ਕੋਲ ਆ ਗਈ 6 ਇਟ ਮੀਨਸ ਇੰਨੇ ਹੁਣ ਕੀ ਕਰ ਦੇਣਾ ਨੈਕਸਟ ਨੂੰ 1 ਕੈਰੀ ਕਰ ਦੇਣਾ ਹੁਣ 1ਸ ਤੇ 10ਸ ਸਾਡੇ ਕੋਲ ਕੀ ਆ ਗਈ 0 0 1 ਵਿੱਚ 1 ਨੂੰ ਪਲੱਸ ਕੀਤਾ 2 ਆ ਗਿਆ ਰਾਉਂਡ ਆਫ ਕਰਕੇ ਸਾਡੇ ਕੋਲ ਕਿੰਨਾ ਆ ਗਿਆ 2 100 ਜਦੋਂ 100 ਨੂੰ 100 ਦਾ ਰਾਉਂਡ ਆਫ ਕਰਨਾ ਹੈ ਇਟ ਮੀਨਸ ਅਹੀਂ 10ਸ ਵਾਲੀ ਪਲੇਸ ਵੈਲਿਊ ਦੇਖਦੇ ਆਂ 10ਸ ਵਾਲੀ ਪਲੇਸ ਵੈਲਿਊ ਕਿੰਨੀ ਸੀ 6 ਸੀ 6 ਆ ਇਨੇ ਨੈਕਸਟ ਕੀਤਾ ਨੈਕਸਟ ਵਾਲੇ ਡਿਜੀਟ ਨੂੰ 1 ਕੈਰੀ ਕਰ ਦਿੱਤਾ ਹੁਣ 1ਸ ਤੇ 10ਸ ਦਾ 0 0 ਆ ਗਿਆ ਤੇ ਜਦੋਂ 1 ਚ 1 ਪਲੱਸ ਕੀਤੇ ਕਿੰਨਾ ਆ ਗਿਆ 2 ਹੁਣ ਐਸਟੀਮੇਟ ਕਰਨਾ ਐਸਟੀਮੇਟਡ ਪ੍ਰਡਕਟ ਫਸਟ ਵਾਲੇ ਦਾ ਕਿੰਨਾ ਆਇਆ ਸੀ 600 ਸੈਕਿੰਡ ਦਾ ਆ ਗਿਆ 200 600 ਮਲਟੀਪਲਾਈ 200 ਹੁਣ ਦੋਨਾਂ ਨੂੰ ਜਦੋਂ ਅਸੀਂ ਮਲਟੀਪਲਾਈ ਕੀਤਾ ਮਲਟੀਪਲਾਈ ਕਰਕੇ ਕਿੰਨਾ ਆ ਗਿਆ 12 ਦੇ ਨਾਲ 4 0 ਹੁਣ ਸਾਡੇ ਕੋਲ ਆਇਆ 120000 ਐਸਟੀਮੇਟਡ ਪ੍ਰੋਡਕਟ ਕੀਤਾ 600 ਮਲਟੀਪਲਾਈ 200 ਅਨਸਰ ਆਇਆ 120000 ਸੈਕਿੰਡ ਸਮ ਵੀ ਸੇਮ ਹੈ 9250 29 ਇਹਨੂੰ ਵੀ ਸੇਮ ਰਾਉਂਡ ਆਫ ਹੁਣ ਫਰਸਟ ਵਾਲੇ ਵਿੱਚ ਕਿੰਨੇ ਡਿਜੀਟ ਆ 1 2 3 4 1s 10s 100 1000 ਜਦੋਂ ਫਰਸਟ ਵਾਲੇ ਵਿੱਚ 4 ਡਿਜੀਟ ਹੋਣ ਤੇ ਉਹਨੂੰ ਰਾਉਂਡ ਆਫ ਅਸੀਂ ਕਰਦੇ ਆ ਰਾਉਂਡਿੰਗ ਰਾਉਂਡ ਆਫ 2 100 ਦੇ ਜਦੋਂ 4 ਡਿਜੀਟ ਆਉਣ ਤੇ ਅਸੀਂ ਰਾਉਂਡ ਆਫ ਕਰਦੇ ਹਾਂ 100 ਦੇ ਸੋਲਵ ਕਰਾਂਗੇ 9250 ਜਦੋਂ ਰਾਉਂਡ ਆਫ 100 ਦੇ ਕਰਨਾ ਤੇ ਸਾਨੂੰ ਕਿਹੜੀ ਵਾਲੀ ਪਲੇਸ ਵੈਲਿਊ ਚਾਹੀਦੀ ਆ 1s 10s ਵਾਲੀ ਜਦੋਂ ਰਾਉਂਡ ਆਫ ਕਰਨਾ 100 ਦੇ ਤੇ 10s ਵਾਲੀ ਪਲੇਸ ਰਾਉਂਡ ਆਫ ਕਰਨਾ 100 ਦੇ ਤੇ 10 ਵਾਲੀ ਪਲੇਸ ਵੈਲਿਊ ਅਸੀਂ ਲੈਨੇ 10 ਵਾਲੀ ਪਲੇਸ ਵੈਲਿਊ ਹੁਣ 5 ਆ ਜਾਂ ਤੇ ਸਾਡੇ ਕੋਲ 5 ਹੋਵੇ ਤੇ ਜਾਂ 5 ਤੋਂ ਵੱਡਾ ਡਿਜੀਟ ਹੋਵੇ ਤੇ ਫਿਰ ਕੀ ਕਰਦਾਓ ਰੌਂਡ ਆਫ ਹੁੰਦੀ ਹੁਣ 5 ਡਿਜੀਟ ਆ ਇਟ ਮੀਨਸ ਇਹ ਕੀ ਕਰੇਗਾ 1 ਕੈਰੀ ਕਰੇਗਾ ਨੈਕਸਟ ਡਿਜੀਟ ਨੂੰ ਹੁਣ 1ਸ ਵੀ 0 ਆ ਗਈ 10ਸ ਵੀ 0 ਆ ਗਈ 2 ਚ 1 ਪਲੱਸ ਕੀਤਾ 3 9 ਕਿੰਨਾ ਆ ਗਿਆ 9300 सैकेंड साढ़े कोल की ट्वेंटी नाइन हूँ सिर्फ दो डिजिट का पेयर है राउंड ऑफ करना राउंड ऑफ टू टेंस जो राउंड ऑफ टेंस करना तो असी वन वाली प्लेस वैल्यू देखते हूँ वन वाली साढ़े को वन वाली प्लेस वैल्यू साढ़े को 29 ਇਟ ਮੀਨਸ 1 ਵਾਲੀ ਪਲੇਸ ਵੈਲਿਊ ਸਾਡੇ ਕੋਲ 9 ਹੁਣ 9 ਜਿਹੜਾ 5 ਤੋਂ ਵੱਡਾ ਵਾ ਇਹਨੇ ਕੀ ਕਰਨਾ ਨੈਕਸਟ ਡਿਜੀਟ ਨੂੰ 1 ਕੈਰੀ ਕਰ ਦੇਣਾ ਤੇ ਵਾਂਸ ਦੀ ਥਾਂ ਇਹ ਕੀ ਲਿਖਣਾ 0 1 ਕੈਰੀ ਕੀਤਾ 2 ਵਿੱਚ 1 ਪਲੱਸ ਕੀਤੇ 3 ਹੁਣ ਐਸਟੀਮੇਟ ਪ੍ਰੋਡਕਟ ਕਿਵੇਂ ਕਰਾਂਗੇ ਐਸਟੀਮੇਟਡ ਪ੍ਰੋਡਕਟ 9300 30 ਇਹਨਾਂ ਦੋਵਾਂ ਟਰਮ ਨੂੰ ਅਸੀਂ ਕੀ ਕਰ ਦੇਣਾ ਮਲਟੀਪਲਾਈ ਕਰ ਦੇਣਾ 0 ਨੂੰ ਉੱਪਰ ਵਾਲੇ 0 ਨੂੰ 0 ਨਾਲ ਮਲਟੀਪਲਾਈ ਕੀਤਾ 0 ਨੂੰ 0 ਨਾਲ ਕੀਤਾ 0 0 ਨੂੰ 3 ਨਾਲ ਕੀਤਾ 0 0 ਨੂੰ 9 ਨਾਲ ਕੀਤਾ 0 ਮਲਟੀਪਲਾਈ 3 ਨੂੰ 0 ਨਾਲ ਕੀਤਾ 0 3 ਨੂੰ 0 ਨਾਲ ਮਲਟੀਪਲਾਈ ਕੀਤਾ 0 3 0 0. 3 ਦਾ 9 3 ਨੂੰ 9 ਨਾਲ ਮਲਟੀਪਲਾਈ ਕੀਤਾ 27 सैवन हूँ जीरो ज़ीरो जीरो प्लस की थी जीरो 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 प्लस किया जीरो नाइन च जीरो प्लस की थी नाइन सैवन टू कि आया टू सैवन नाइन जीरो जीरो ज़ीरो मल्टीप्लाई कर स्टूडेंट जो मैंने आपको पहले सम करवाए हैं ये आपका होमवर्क है फर्स्ट पार्ट सेम फर्स्ट सम की तरह है, जैसे मैंने वीडियो में करवाया है सेकेंड पार्ट भी सेम वैसा ही है थर्ड पार्ट भी सेम है ये आपका होमवर्क है आपने वीडियो के पहले सम ध्यान से देखने और समझने हैं ये सम भी सेम है ये सम आपने खुद करने हैं अपनी फेयर कॉपीज़ पर एक्सरसाइज़ वन पॉइंट थ्री आपकी फेयर कॉपी पर कंप्लीट होनी चाहिए